देखो जी, जहदर साहब का मसला वा ये कोई छोटा जा मसला नहीं। कोई नाराज किसी गल करके हैगा, उदे कोई नाराजगी का कोई पक्ष हो भी सकता। एडे वे फैसले उन्होंने करके ले जा, मैनू नहीं लगता नहीं कि एवं बेलोड़ा विवाद पैदा किया गया। कोई भी चाहे अकाली दल आ चाहे श्रोमणी गुरद्वारा प्रबंधक कमेटी आ, सब का सब वालों जहदर साहब तो जहदर साहब का उत्थे जाना वो बारे कि टिप्पा टिप्पणी की जानी चाहिए आ। मैं तो अकाल तख्त साहब के जहदर साहब के बारे में इस तरह जथेदार साहब ला के नवे जथेदार साहब लाए जा सकते हैं कि कहना। श्रोमणी गुरद्वारा प्रबंधक कमेटी की अंतरिम कमेटी की मीटिंग तो पहला ये कंसुआं सन कि मीटिंग श्री अकाल तख्त साहब के कार्यकारी जथेदार ज्ञानी हरप्रीत सिंह बारे कोई चर्चा हो सकती है, पर हुण श्रोमणी कमेटी के प्रधान एडवोकेट हरजिंदर सिंह धामी और जनरल सकत्र गुरचरण सिंह गरेवाल ने इन चर्चावां ते विराम लगा दिता है। उन्हों का कहना है कि बेलोड़ा विवाद पैदा किया गया है। जथेदार साहब साढ़े सत्कारयोग ने जथेदार साहब नूं ला के नवे जथेदार साहब लाए जा सकते ने की कहना जी? कोई हाले तक कोई एजेंडा नहीं, साडी जनरल मीटिंग आ है जी, ਜਿਹੜੇ ਆਪਣੇ ਰੂਟੀਨ ਦੇ ਵਿੱਚ ਮੰਥਲੀ ਐਵਰੀ ਮੰਥ ਜਿਹੜੀ ਉਹ ਹੁੰਦੀ ਸਾਡੀ, ਤੇ ਹਾਲੇ ਤੱਕ ਕੋਈ ਇਦਾਂ ਦੀ ਗੱਲ ਨਹੀਂ। ਬੰਦੀ ਸਿੰਘਾਂ ਨੂੰ ਲੈ ਕੇ ਜਿਹੜੇ ਫਾਰਮ ਭਰੇ ਗਏ ਨੇ 26 ਤੋਂ ਬਾਅਦ ਉਹ ਇਦਾਂ ਵੀ ਗਵਰਨਰ ਸਾਹਿਬ ਦੇ ਕੋਈ ਕੰਮ ਪੈ ਗਿਆ, ਉਹਨਾਂ ਨੂੰ ਆਇਆ ਸੀ ਟੈਲੀਫੋਨ ਜੀ ਭਈ ਮੈਂ 18 ਤਰੀਕ ਨੂੰ ਮਿਲ ਨਹੀਂ ਸਕਦਾ। ਉਹ ਅਸੀਂ ਹੁਣ ਲੱਗੇ ਹਾਂ ਉਹਨਾਂ ਨਾਲ ਹੋ ਫਰਦਰ ਲੈ ਕੇ ਤਰੀਕ, ਅਸੀਂ ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਰਿਕੁਐਸਟ ਕੀਤੀ ਆ ਤੇ ਉਹ ਜਦੋਂ ਦੇ ਦੇਣਗੇ ਟਾਈਮ ਉਦੋਂ ਫਿਰ ਜੀ। ਬੇਦਬੀਆਂ ਬਹੁਤ ਵੱਧ ਗਈਆਂ ਨੇ ਲਗਾਤਾਰ, ਗੱਲਾਂ ਹੋ ਰਹੀਆਂ ਨੇ ਸੁਲਤਾਨਪੁਰ ਲੋਧੀ ਤੋਂ ਲੈ ਕੇ, ਤੁਸੀਂ ਦੇਖਿਆ ਹੋਣਾ ਪਟਿਆਲੇ ਤੋਂ ਲੈ ਕੇ ਲਗਾਤਾਰ ਕਿਉਂ ਟਾਰਗੇਟ ਕੀਤਾ ਜਾ ਰਿਹਾ ਗੁਰੂ ਘਰਾਂ ਨੂੰ? ਇਹ ਇੱਕ ਚਿੰਤਾ ਦਾ ਵਿਸ਼ਾ ਬਹੁਤ ਵੱਡਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਯਤਨ ਕਰ ਰਹੀ ਆ, ਪਰ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਿਹੜੇ ਦੂਆਂ ਦੇ ਉੱਤੇ ਵੱਡੇ ਐਲੀਗੇਸ਼ਨ ਲਾਉਣ ਵਾਲੇ ਆ ਉਹਨਾਂ ਦੇ ਆਪਦੇ ਰਾਜ ਭਾਗ ਦੇ ਵਿੱਚ ਮੇਰਾ ਖਿਆਲ ਕੋਈ ਦਿਨ ਵੀ ਮਿਸ ਨਹੀਂ ਹੁੰਦਾ, ਸੋ ਉਹਨਾਂ ਦਾ ਵੀ ਫਰਜ਼ ਬਣਦਾ। ਹਾਂ, ਸਾਡੇ ਤਕਰੀਬਨ ਦੇਖੋ ਜਿਹੜੇ ਸਾਡੇ ਕੋਲ ਏਜੰਡਾ ਗਿਆ ਤੇ ਸਪਲੀਮੈਂਟਰੀ ਗਿਆ ਜਾਂ ਪਹਿਲਾਂ ਦੂਸਰਾ ਗਿਆ, ਉਹਦੇ ਵਿੱਚ ਤਕਰੀਬਨ ਸਾਰੇ ਜਿਹੜੇ ਰੂਟੀਨ ਦੇ ਗੁਰੂ ਘਰਾਂ ਦੇ ਜਿਹੜੇ ਮਸਲੇ ਨੇ, ਇੱਕ ਦੋ ਮਸਲੇ ਨੇ ਜਿਸ ਤਰ੍ਹਾਂ ਹਰਿਆਣਾ ਕਮੇਟੀ ਦੇ ਜਿਹੜੇ ਮੁਲਾਜ਼ਮਾਂ ਦਾ ਜਿਹੜਾ ਉਹ ਪਿੱਛੇ ਜਿਹੇ ਸਬ ਕਮੇਟੀ ਬਣੀ ਸੀਗੀ, ਤੋ ਜਿਹੜੇ ਅਸੀਂ ਆਪਣੇ ਵੱਲੋਂ ਜਿਹੜੀਆਂ ਕੁਝ ਚੀਜ਼ਾਂ ਸਾਹਮਣੇ ਲਿਆਉਣੀਆਂ ਹੁੰਦੀਆਂ ਨੇ ਅਤੇ ਉਹ ਹੈਗੀਆਂ ਗੁਰੂ ਘਰ ਦੇ ਜਿਹੜੀਆਂ ਪ੍ਰਬੰਧਾਂ ਨੂੰ ਲੈ ਕੇ, ਕਿ ਜਿਸ ਤਰ੍ਹਾਂ ਦਾ ਆਪਾਂ ਹੁਣ ਦੇਖ ਰਹੇ ਹਾਂ ਕਿ ਪਿਛਲੇ ਦਿਨੀ ਹਰਿਮੰਦਰ ਸਾਹਿਬ ਦੇ ਵਿੱਚ ਇੱਥੇ ਵਰਤਾਰੇ ਵੀ ਵਾਪਰੇ ਨੇ, ਅਤੇ ਉਸ ਤੋਂ ਪਹਿਲਾਂ ਵੀ ਇੱਕ ਤਾਂ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਦੇ ਚੁੱਕਿਆ ਕਿ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਆ ਜਿਹੜੀਆਂ ਕੈਮਰਿਆਂ ਦੇ ਉੱਤੇ ਟੋਟਲ ਜਿਹੜੀਆਂ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ, ਅਤੇ ਮੈਂ ਮੀਡੀਆ ਨੂੰ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਜਦੋਂ ਕੋਈ VIP ਆਉਂਦਾ ਤਾਂ ਸਾਰਾ ਮੀਡੀਆ ਜਿਹੜਾ ਪ੍ਰਕਰਮਾਂ ਦੇ ਵਿੱਚ ਜਦੋਂ ਨਾਲ ਨਾਲ ਤੁਰਦਾ ਹੈਗਾ ਤਾਂ ਉਸ ਵਕਤ ਜਿਹੜੀ ਸੰਗਤ ਦਾ ਵੀ ਧਿਆਨ ਉਸ ਪਾਸੇ ਨੂੰ ਹੁੰਦਾ, ਤਾਂ ਕਿਤੇ ਨਾ ਕਿਤੇ ਮਤਲਬ ਇਹ ਜਿਹੜੀ ਆ ਇਹ ਰੂਹਾਨੀਅਤ ਕੇਂਦਰ ਦੀ ਜਿਹੜੀ ਆ ਮੈਂ ਸਮਝਦਾ ਕਿ ਉਹਦੇ ਮੁਤਾਬਕ ਇਹ ਠੀਕ ਨਹੀਂ, ਕਿਉਂਕਿ ਮੈਨੂੰ ਦੋ ਤਿੰਨ ਜਗ੍ਹਾ ਜਾਣ ਦਾ ਮੌਕਾ ਮਿਲਿਆ ਹੋਰ ਧਰਮਾਂ ਦੇ ਅਸਥਾਨਾਂ ਦੇ ਉੱਤੇ। ਮੈਂ ਵਿਕਟਮ ਰੋਮ ਦੇ ਵਿੱਚ ਗਿਆ ਜਿੱਥੇ ਪੋਪ ਜਿਹੜਾ ਹੈਗਾ ਰਹਿੰਦਾ, ਉੱਥੇ ਤੁਸੀਂ ਕਿਸੇ ਕੰਧ ਦੇ ਨੇੜੇ ਵੀ ਨਹੀਂ ਜਾ ਸਕਦੇ, ਫੋਟੋ ਖਿੱਚਣੀ ਤਾਂ ਮਤਲਬ ਦੂਰ ਦੀ ਹੈ, ਉਹਨਾਂ ਦਾ ਆਪਣਾ ਦਾਇਰਾ। ਫਿਰ ਇਸ ਮੁਲਕ ਦੇ ਵਿੱਚ ਵੱਡੇ ਵੱਡੇ ਜਿਹੜੇ ਮੰਦਰ ਨੇ ਤ੍ਰਿਪੁਤੀ ਬਾਲਾ ਜੀ ਵਰਗੇ ਹੋਰ, ਉਹਨਾਂ ਦੇ ਵੀ ਇਸ ਤਰ੍ਹਾਂ ਹੀ ਆ, ਇਸੇ ਤਰ੍ਹਾਂ ਮੁਸਲਮਾਨ ਧਰਮ ਦੇ ਉਹਨਾਂ ਦੇ ਵੀ ਆਪਣੇ ਜਿਹੜੇ ਨੇ ਅਸੂਲ ਬਣਾਏ ਹੋਏ ਨੇ, ਤੋ ਸਾਨੂੰ ਇਹ ਅਸੂਲ ਜਿਹੜੇ ਨੇ ਇੱਥੇ ਕਾਇਮ ਕਰਨੇ ਚਾਹੀਦੇ ਨੇ, ਕਿਉਂਕਿ ਗੁਰੂ ਘਰ ਦੀ ਮਰਿਆਦਾ ਦੇ ਲਈ ਜਿਹੜੀਆਂ ਚੀਜ਼ਾਂ ਇਹ ਜਿਹੜੀਆਂ ਨੇ ਇਹ ਬਹੁਤ ਮੈਂ ਸਮਝਦਾ ਕਿ ਜ਼ਰੂਰੀ ਨੇ। ਤੋ ਦੂਸਰਾ, ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਹੈਗਾ ਕਿਤੇ ਨਾ ਕਿਤੇ ਇੱਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂ ਸਮਝਦਾ ਕਿ ਬਹੁ ਗਿਣਤੀ ਮੈਂਬਰ ਨੇ ਉਹ ਆਪਣਾ ਸਹੀ ਤਰੀਕੇ ਨਾਲ ਕੰਮ ਜਿਹੜਾ ਉਹ ਨਹੀਂ ਕਰ ਰਹੇ, ਜੋ ਉਹਨਾਂ ਦੇ ਜੋ ਇੱਕ ਮੈਂਬਰ ਦੀ ਡਿਊਟੀ ਹੋਣੀ ਚਾਹੀਦੀ ਆ, ਅਤੇ ਬਹੁਤ ਸਾਰੇ ਗੱਲਾਂ ਜਿਹੜੀਆਂ ਨੇ ਉਹ ਇੱਕ ਜਗ੍ਹਾ ਤੋਂ ਨਹੀਂ ਹੁਣ ਐਗਜੈਕਟਿਵ ਦੇ ਵਿੱਚ ਹੋਣ ਕਰਕੇ ਪੂਰੇ ਪੰਜਾਬ ਲੈਵਲ ਤੋਂ ਜਿਹੜੀਆਂ ਲੋਕ ਮਤਲਬ ਜਿਹੜੀਆਂ ਗੱਲਾਂ ਦੱਸ ਦਿੰਦੀਆਂ। ਸੋ ਮੈਂ ਸਮਝਦਾ ਕਿ ਸਰਦਾਰ ਹਰਜਿੰਦਰ ਸਿੰਘ ਜਿਹੜੇ ਧਾਮੀ ਸਾਹਿਬ ਸਿਆਣੇ ਨੇ, ਵਕੀਲ ਨੇ, ਤੋ ਉਹਨਾਂ ਨੂੰ ਇਸ ਗੱਲ ਦੇ ਉੱਤੇ ਜਿਹੜਾ ਸਖਤੀ ਜਿਹੜੀ ਆ ਕਰਨੀ ਚਾਹੀਦੀ ਆ। ਇੱਕ ਪਿਛਲੇ ਦਿਨੀ ਇੱਕ ਤਸਵੀਰ ਬਹੁਤ ਵਾਇਰਲ ਹੋਈ ਕਿ ਉੱਥੋਂ ਦੇ ਜਿਹੜੇ CM ਨੇ ਉਹਨਾਂ ਦੇ SGPC ਜਿਹੜੇ ਹਰਿਆਣਾ ਕਮੇਟੀ ਦੇ ਪ੍ਰਧਾਨ ਨੇ ਪੈਰੀ ਹੱਥ ਲਾ ਰਹੇ ਨੇ, ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਬਹੁਤ ਮੰਦਭਾਗੀ ਗੱਲ ਹੈ ਜੀ, ਕਿਉਂਕਿ ਜਿਹੜਾ ਖਦਸਾ ਜਦੋਂ ਇਹ ਹਰਿਆਣਾ ਕਮੇਟੀ ਜਿਹੜੀ ਆ ਬਣੀ ਆ, ਸੋ ਇਹ ਦੇਖੋ ਜਾਂ ਤਾਂ ਇਹ ਹੁੰਦਾ ਕਿ CM ਕੋਈ ਬਹੁਤ ਵੱਡਾ ਸੰਤ ਮਹਾਤਮਾ, ਕੋਈ ਧਾਰਮਿਕ ਉਹਦਾ ਰੁਤਬਾ ਬਹੁਤ ਵੱਡਾ,
तो उहदे सन्मान दे विच मतलब उहनां नूं इह सन्मान देता। हालांकि जिहड़े पैरीं हत्थ लाउण वाले ने वो आप एक अपने आप नूं संत खवाउंदे ने, धार्मिक लिबास दे विच ने, कोई आम बंदा कोई दुनियावी तां कर दिंदा। सो मैं समझदा कि उहदे नाल इह उन्होंने मतलब उस रुतबे का जिहड़ा एक, क्योंकि वो उत्थों दा CM है ते वो उत्थों दे प्रधान ने, तो प्रधान का रुतबा मेरे हिसाब नाल वड्डा हुंदा। पर जिहड़ी तुसीं गल कर लगे सी खदशे वाली, वह की है कि खदशा सी ਕਿਹੜਾ ਪਹਿਲਾਂ ਤੋਂ ਵੀ ਜਿਹੜੀ ਹਰਿਆਣਾ ਕਮੇਟੀ? ਹਾਂ, ਉੱਥੇ ਲੱਗਦਾ ਸੀਗਾ ਕਿ ਜਿਹੜਾ ਇਸ ਤਰ੍ਹਾਂ ਦੇ ਸਾਨੂੰ ਦੇਖਣ ਨੂੰ ਉੱਥੇ ਮਿਲੂਗਾ ਇਹ ਕੁਛ, ਅਤੇ ਉਹ ਹੁਣ ਅਸੀਂ ਦੇਖ ਰਹੇ ਹਾਂ ਕਿਉਂਕਿ ਸਿਆਸੀ ਪ੍ਰਭਾਵ ਜ਼ਿਆਦਾ ਜਿਹੜਾ ਚੱਲ ਰਿਹਾ। ਡੈਫੀਨੇਟਲੀ ਹੈ ਜੀ, ਉੱਥੇ ਦਖਲ ਅੰਦਾਜ਼ੀ ਪੂਰੀ ਹੈ ਜੀ ਉਹਨਾਂ ਦੀ। ਇਹ ਤਾਂ ਹੁਣ ਗੱਲ ਜਿਹੜੀ ਹੈ ਸਾਬਤ ਹੋ ਗਈ ਹੈ ਨਾ, ਉੱਥੇ ਉੱਥੇ ਦੇ ਜਿਹੜੇ ਮੈਂਬਰ ਨੇ ਜਾਂ ਉੱਥੇ ਦੇ ਸਿੱਖਾਂ ਨੂੰ ਜਿਹੜਾ ਪੁੱਛੀਦਾ, ਕਿਉਂਕਿ ਮੈਂਬਰਾਂ ਦੀ ਚੋਣ ਹੀ ਸਰਕਾਰ ਨੇ ਕੀਤੀ ਆ, ਤਾਂ ਜੇ ਸਰਕਾਰ ਨੇ ਆਪਣੀ ਛਵੀ ਠੀਕ ਕਰਨੀ ਆ ਤਾਂ ਉਹਨੂੰ ਤੁਰੰਤ ਉੱਥੇ ਇਲੈਕਸ਼ਨ ਕਰਾਉਣੀ ਚਾਹੀਦੀ ਆ, ਤਾਂ ਸਾਰੇ ਸਿੱਖ ਉੱਥੇ ਇਲੈਕਸ਼ਨ ਲੜਨ, ਸਾਰੇ ਸਿੱਖ ਉਹਦੇ ਵਿੱਚ ਭਾਗ ਲੈਣ, ਤਾਂ ਆਪਣੇ ਆਪ ਉਹ ਜਿਹੜੀ ਕਮੇਟੀ ਹੋਊਗੀ ਆਫਟਰ ਇਲੈਕਸ਼ਨ ਉਹਨੂੰ ਅਸੀਂ ਸਮਝਾਂਗੇ ਉਹ ਸਿੱਖਾਂ ਨੇ ਮਤਲਬ ਆਪਣੇ ਹਿਸਾਬ ਨਾਲ ਜਿਹੜੀ ਸੰਵਿਧਾਨਕ ਤਰੀਕੇ ਦੇ ਨਾਲ ਨਹੀਂ ਜੁੜੀ। ਹਾਂ, ਪਰ ਆਹ ਠੀਕ ਹੈ, ਉਹਨਾਂ ਨੇ ਇੱਕ ਮਤਲਬ ਕਰ ਦਿੱਤਾ, ਪਹਿਲੀ ਵਾਰ ਬਣਾਉਣੀ ਸੀਗੀ ਆਪਾਂ ਜੀ, ਇਹ ਵੀ ਗੱਲ ਮੰਨ ਲਈਏ, ਪਰ ਉਹਦੇ ਨਾਲ ਕਹਿੰਦੇ ਉਹਦੇ ਵਿੱਚ ਇਹ ਮੱਦ ਪਾ ਦਿੱਤੀ ਕਿ 18 ਮਹੀਨੇ ਬਾਅਦ ਤੁਸੀਂ ਉਹਨੂੰ ਫਿਰ ਅੱਗੇ ਐਕਸਟੈਂਡ ਕਰ ਸਕਦੇ ਹੋ, ਤਾਂ ਇਹਦਾ ਮਤਲਬ ਤਾਂ ਫਿਰ ਉੱਥੇ ਇਲੈਕਸ਼ਨ ਹੋਊਗੀ ਉਹ ਨਹੀਂ। ਇੱਧਰ ਇੱਧਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਆ, ਇੱਧਰ ਇਲੈਕਸ਼ਨ ਜਿਹੜੀ ਆ ਓਵਰ ਚੱਲ ਰਹੀ ਹੈ, ਸੋ ਅੱਜ ਅਸੀਂ ਇਹ ਵੀ ਇੱਕ ਮਤਲਬ ਜਿਹੜਾ ਸੀਗਾ ਕਿ ਸ਼੍ਰੋਮਣੀ ਕਮੇਟੀ ਖੁਦ ਵੀ ਯਤਨ ਕਰੇ, ਇਹਨਾਂ ਨੂੰ ਆਪਣਾ ਜਨਰਲ ਹਾਊਸ ਜਿਹੜਾ ਇਹ ਛੱਡਣਾ ਚਾਹੀਦਾ, ਨਵੀਂ ਸਿੱਖ ਲੀਡਰਸ਼ਿਪ ਨੂੰ ਮੌਕਾ ਮਿਲੇ। ਅਸੀਂ ਨਹੀਂ ਕਹਿੰਦੇ ABCD ਜਿਹੜਾ ਮਰਜ਼ੀ ਜਿੱਤੇ, ਨਵੇਂ ਲੋਕ ਆਉਣ, ਇਹ ਸ਼੍ਰੋਮਣੀ ਕਮੇਟੀ ਦੀ ਡਿਵੈਲਪਮੈਂਟ ਜਿਹੜੀ ਸਿੱਖ ਲੀਡਰਸ਼ਿਪ ਦੀ ਡਿਵੈਲਪਮੈਂਟ ਰੁਕੀ ਹੋਈ ਆ, ਉਹ ਇੱਥੋਂ ਪੈਦਾ ਹੋਣੀ ਆ ਜਦੋਂ ਇਹ ਇਲੈਕਸ਼ਨ ਹੋਊਗੀ। ਤੋ 12-12 ਸਾਲ ਇਹ ਇਲੈਕਸ਼ਨ ਕਿਉਂ ਨਹੀਂ ਹੋ ਰਹੀ, ਇਹ ਸਾਡਾ ਇੱਕ ਵੱਡਾ ਸਵਾਲ ਹੈ ਜਿਹੜਾ ਸਾਡੇ ਸਾਹਮਣੇ ਆ। ਇੱਕ ਆਖਰੀ ਸਵਾਲ, ਸਿੰਘ ਸਾਹਿਬ ਦਾ ਜਿਹੜਾ ਰਾਘਵ ਚੱਡਾ ਦੇ ਸਮਾਗਮ ਦੇ ਵਿੱਚ ਜਾਣ ਨੂੰ ਲੈ ਕੇ ਬਹੁਤ ਵਿਵਾਦ ਹੋ ਰਿਹਾ, ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਕੋਈ ਕਿਸੇ ਦੇ ਨਿੱਜੀ ਫੰਕਸ਼ਨ ਦੇ ਵਿੱਚ ਜਾ ਸਕਦਾ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ, ਕੋਈ ਇਤਰਾਜ਼ ਵਾਲੀ ਗੱਲ ਨਹੀਂ, ਪਰ ਉਹਦੇ ਵਿੱਚ ਜਿਹੜੀ ਗੱਲ ਵੱਡੀ ਉੱਠ ਕੇ ਆ ਰਹੀ ਹੈ ਕਿ ਉੱਥੋਂ ਮੁੱਖ ਮੰਤਰੀ ਪੰਜਾਬ ਉਹ ਤਾਂ ਗੱਡੀ ਦੇ ਵਿੱਚ ਅੰਦਰ, ਉਹਨਾਂ ਦੀ ਗੱਡੀ ਕਪੂਰਥਲਾ ਹਾਊਸ ਦੇ ਵਿੱਚ ਅੰਦਰ ਚਲੀ ਗਈ ਸਿੱਧੀ, ਤੋ ਗਿਆਨੀ ਜੀ ਹੋਰੀ ਉੱਥੋਂ ਤੁਰ ਕੇ ਗਏ ਨੇ, ਤੋ ਕਿਤੇ ਨਾ ਕਿਤੇ ਮਤਲਬ ਜਿਹੜੀ ਆ ਉਹ ਹਰ ਇੱਕ ਸਿੱਖ ਨੇ ਮਹਿਸੂਸ ਕੀਤਾ ਬਣਦਾ ਜਿਹੜਾ ਸਮਾਂ। ਹਾਂ, ਮੈਨੂੰ ਇਹ ਲੱਗਦਾ ਸੀ ਪਹਿਲੀ ਤਾਂ ਗੱਲ ਕਿ ਰਾਘਵ ਚੱਡਾ ਸੱਦਾ ਪੱਤਰ ਦੇਣ ਆਉਂਦਾ ਇੱਥੇ ਅਕਾਲ ਤਖ਼ਤ ਸਾਹਿਬ 'ਤੇ, ਤੁਸੀਂ ਵੀ ਉੱਥੇ ਸਾਰੇ ਹੁੰਦੇ, ਠੀਕ ਹੈ ਨਾ ਗੱਲ, ਅਤੇ ਚਲੋ ਕਿਸੇ ਰੂਪ ਦੇ ਵਿੱਚ ਦੇ ਦਿੱਤਾ। ਮੈਨੂੰ ਇਹ ਲੱਗਦਾ ਸੀ ਕਿ ਉੱਥੇ ਜਾਂਦੇ ਤਾਂ ਜਦੋਂ ਕਿਸੇ ਨੇ ਸੱਦਾ ਦਿੱਤਾ, ਮੈਂ ਇਹ ਨਹੀਂ ਕਹਿੰਦਾ ਹੈਗਾ ਉਹ ਇਹਦਾ ਮਤਲਬ ਸਨਮਾਨ ਹੀ ਕਰ ਰਿਹਾ ਜੇ ਸੱਦਾ ਦੇ ਰਿਹਾ, ਪਰ ਉਹ ਜਿਹੜਾ ਜ਼ਿਆਦਾ ਇੱਕ ਕਾਰਨ ਹੈ ਜਿਹੜਾ ਉਹ ਇਹ ਗੱਲ ਮੰਨੀ ਜਾ ਰਹੀ ਹੈ ਜਿਹੜਾ ਜ਼ਿਆਦਾ ਇਸ ਗੱਲ ਦੇ ਵਿੱਚ। ਦੇਖੋ ਜੀ, ਜਹਦਰ ਸਾਹਿਬ ਦਾ ਮਸਲਾ ਵਾ, ਇਹ ਕੋਈ ਛੋਟਾ ਜਿਹਾ ਮਸਲਾ ਨਹੀਂ, ਕੋਈ ਨਾਰਾਜ਼ ਕਿਸੇ ਗੱਲ ਕਰਕੇ ਹੈਗਾ, ਉਹਦੇ ਕੋਈ ਨਾਰਾਜ਼ਗੀ ਦਾ ਕੋਈ ਪੱਖ ਹੋ ਵੀ ਸਕਦਾ, ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਐਡੇ ਵੱਡੇ ਫੈਸਲੇ ਉਹਨਾਂ ਦੇ ਕਰਕੇ ਲਏ ਜਾਣ। ਮੈਨੂੰ ਨਹੀਂ ਲੱਗਦਾ ਨਹੀਂ ਇਹ ਕਿਵੇਂ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ। ਜਹਦਰ ਸਾਹਿਬ ਸਾਡੇ ਲਈ ਸਤਿਕਾਰਯੋਗ ਆ, ਪਿਛਲੇ ਲੰਬੇ ਸਮੇਂ ਤੋਂ ਜਹਦਰ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਦੇ ਲਈ ਬਹੁਤ ਮਹਾਨ ਸੇਵਾਵਾਂ ਕੀਤੀਆਂ। ਸਾਡਾ ਸਭ ਦੇ ਮਨ 'ਚ ਕੋਈ ਵੀ, ਚਾਹੇ ਅਕਾਲੀ ਦਲ ਆ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਸਭ ਵੱਲੋਂ ਜਹਦਰ ਸਾਹਿਬ ਦਾ ਸਤਿਕਾਰ ਆ। ਸੋ ਜਹਦਰ ਸਾਹਿਬ ਦਾ ਉੱਥੇ ਜਾਣਾ, ਉਹਦੇ ਬਾਰੇ ਕਿੰਨੀ ਕੁ ਟਿੱਪਣੀ ਕੀਤੀ ਜਾਣੀ ਚਾਹੀਦੀ ਆ, ਮੈਂ ਤਾਂ ਅਕਾਲ ਤਖ਼ਤ ਸਾਹਿਬ ਦੇ ਜਹਦਰ ਸਾਹਿਬ ਦੇ ਬਾਰੇ ਵਿੱਚ ਇਸ ਤਰ੍ਹਾਂ ਕਿਤੇ ਵੀ ਮੀਡੀਆ ਦੇ ਅੰਦਰ ਮੈਂ ਇਸ ਗੱਲ 'ਤੇ ਟਿੱਪਣੀ ਨਹੀਂ ਕਰਾਂਗਾ। ਉਹ ਸਾਡੀ ਸਤਿਕਾਰ ਜੋ ਹਸਤੀ ਆ, ਕੋਈ ਸਾਡੇ ਮਨ ਦਾ ਵਿਚਾਰ ਜਾਂ ਬਲਬਲਾ ਹੋਊਗਾ, ਅਸੀਂ ਉਹਨਾਂ ਨੂੰ ਮਿਲ ਬੈਠ ਕੇ ਕਰ ਲਾਂਗੇ, ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਰਹੀ ਗੱਲ ਜਿਹੜੀ ਅੰਤਰ ਕਮੇਟੀ ਦੀ ਮੀਟਿੰਗ ਦੀ, ਇਹ ਤਾਂ ਸਾਡੀ ਹਰ ਮਹੀਨੇ ਮੀਟਿੰਗ ਹੁੰਦੀ ਆ, ਸੋ ਇਸ ਕਰਕੇ ਇਸ ਗੱਲ ਨੂੰ ਬਹੁਤ ਵੱਡੀ ਪੱਧਰ 'ਤੇ ਉਛਾਲਿਆ ਗਿਆ, ਜਿਹੜੀ ਕਿ ਮੈਂ ਸਮਝਦਾ ਇੱਕ ਕੋਰੀ ਹਵਾ ਲੱਗਦੀ ਆ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਆਗੂ ਦੇ ਘਰੇ ਜਾਣ ਕਰਕੇ ਕੋਈ ਤੇਰਾ ਜਿਹੜਾ ਵਿਵਾਦ ਬਣਾਇਆ ਉਹ ਬੇਲੋੜਾ ਵਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਹਦਰ ਸਾਹਿਬ ਦਾ ਪੂਰਨ ਰੂਪ ਸਤਿਕਾਰ ਕਰਦੀ ਆ। ਅੱਜ ਦੀ ਤਰੀਕ ਦੇ ਵਿੱਚ ਕਿਸੇ ਤਰ੍ਹਾਂ ਵੀ ਜਹਦਰ ਸਾਹਿਬ ਨੂੰ ਲਾਉਣ ਬਾਰੇ ਕਿਸੇ ਤਰ੍ਹਾਂ ਦੀ ਕੋਈ ਵਿਚਾਰ ਦਾ ਏਜੰਡਾ ਹੀ ਹੈ ਨਹੀਂ। ਸੋ ਇਸ ਕਰਕੇ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਲਈ ਸਤਿਕਾਰਯੋਗ ਆ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਦੇ ਮਨ 'ਚ ਜਹਦਰ ਸਾਹਿਬ ਲਈ ਬੜਾ ਸਤਿਕਾਰ ਆ, ਸਾਰੀ ਜਿਹੜੀ ਸ਼੍ਰੋਮਣੀ ਕਮੇਟੀ ਉਹਨਾਂ ਦਾ ਸਤਿਕਾਰ ਕਰਦੀ ਹੈ। ਸੋ ਇਸ ਤਰ੍ਹਾਂ ਦੇ ਬੇਲੋੜੇ ਵਿਵਾਦ ਪੈਦਾ ਨਾ ਕੀਤੇ ਜਾਣ, ਇਹਦੇ ਨਾਲ ਜਿਵੇਂ ਕਹਿੰਦੇ ਹੁੰਦੇ ਆ ਵੀ ਉਸ ਰੁਤਬੇ ਨੂੰ ਹਾਨੀ ਹੁੰਦੀ ਆ। ਸੋ ਅਸੀਂ ਬਹੁਤ ਸਤਿਕਾਰ ਕਰ ਰਹੇ ਹਾਂ ਜਹਦਰ ਸਾਹਿਬ ਦਾ, ਬਹੁਤ ਉਹਨਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਜਿਹੜੀਆਂ ਪੰਥ ਅਤੇ ਕੌਮ ਦੇ ਲਈ ਅੱਜ ਵੀ ਸਨਮਾਨ ਦੀ ਗੱਲ ਆ। ਅੱਜ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਿੱਤੇ ਜਾਂਦੇ ਨੇ? ਉਹ ਫੈਸਲੇ ਤਾਂ ਹੁਣ ਤੁਹਾਨੂੰ ਦੋ ਘੰਟੇ ਬਾਅਦ ਦੱਸ ਦਿਆਂਗੇ, ਪਰ ਜਹਦਰ ਸਾਹਿਬ ਵਾਲੇ ਮੁੱਦੇ 'ਤੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ। ਸ਼੍ਰੋਮਣੀ ਕਮੇਟੀ ਪੂਰਨ ਤੌਰ 'ਤੇ ਜਹਦਰ ਸਾਹਿਬ ਦਾ ਸਤਿਕਾਰ ਕਰਦੀ ਹੈ। ਦੱਸ ਦਈਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮੈਂਬਰ ਰਾਜ ਸਭਾ ਰਾਘਵ ਚੱਡਾ ਦੇ
ਮੰਗਣੀ ਸਮਾਗਮ ਦੇ ਵਿੱਚ ਸ਼ਾਮਲ ਹੋਏ ਸਨ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਆ ਨੇ ਸਵਾਲ ਚੁੱਕੇ ਸਨ ਤੇ ਹੁਣ ਚਰਚਾ ਇਹ ਸੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਥੇਦਾਰ ਸਾਹਿਬ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।